ਅਸਲਾਮੁਅਲੈਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬਲੀ। ਤੁਸੀਂ ਦੇਖਦੇ ਪਏ ਹੋ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਬਹੁਤ ਤੱਕ ਸਾਡੀ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤਾਂ ਵੀਰਾਂ ਤੱਕ ਪਹੁੰਚ ਸਕੇ। ਦੋਸਤਾਂ ਵਾਸਤੇ ਮਾਸ਼ਾਅੱਲਾ ਜੀ ਇੱਕ ਬੜੀ ਖੂਬਸੂਰਤ ਔਰ ਬੜੀ ਹੀ ਲਾਜਵਾਬ ਤਕਰੀਬਨ ਕੋਈ 12-15 ਦਿਨ ਲੈਂਦੀ ਸੁਮਨ ਦੇ ਵਿੱਚ ਮੱਝ ਬੜੀ ਖੂਬਸੂਰਤ ਹੈ। ਦੂਸਰਾ ਸੁਬਾਹ ਤਿਆਰ ਹੁੰਦੀ ਪਈ ਹੈ, ਕੈਮਰੇ ਦੀ ਨਜ਼ਰ 'ਚ ਤਸੱਲੀਆਂ ਕਰਵਾਵਾਂਗੇ। ਔਰ ਮੇਰੇ ਦੋਸਤਾਂ ਵੀਰਾਂ ਨੂੰ ਜਨਾਬ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਔਰ ਮਾਸ਼ਾਅੱਲਾ ਦੇ ਕਮੈਂਟ ਕਰਨੇ ਨੇ। ਲੋਕੇਸ਼ਨ ਹੈਗੀ ਹੈ ਤਹਿਸੀਲ ਅਰਫ ਵਾਲਾ, ਜ਼ਿਲ੍ਹਾ ਪਾਕਪਤ ਨੇ। ਮਾਸ਼ਾਅੱਲਾ ਥਣ ਬਹੁਤ ਕਮਾਲ ਲੱਗਿਆ, ਸਿਆਹਕਾਲੀ ਹੈ, ਮੱਥੇ ਦੇ ਵਿੱਚ ਛੋਟੀ ਜਿਹੀ ਸਫੈਦ ਫੁੱਲੀ ਹੈ, ਅੱਖਾਂ ਸਿਆਹਕਾਲੀਆਂ ਨੇ। ਔਰ ਮਾਸ਼ਾਅੱਲਾ ਸਾਫ਼ ਸੁਥਰਾ ਜਾਨਵਰ ਹੈ, ਵੱਡੇ ਕੱਦ ਦੇ ਵਿੱਚ, ਛੋਟਾ ਕੱਦ ਨਹੀਂ, ਲਾਮ ਪੂਰੀ ਹੈ, ਨਸਲ ਜ਼ਾਤ ਪੂਰੀ ਹੈ, ਤੁੰਨੀ ਕੋਲੀ ਤੋਂ ਬਿਲਕੁਲ ਸਾਫ਼ ਹੈਗੀ ਹੈ। ਲੈਣੇ ਦੇਣੇ ਮੁਕੱਦਰ ਅਤੇ ਨਸੀਬ ਹੁੰਦੇ ਨੇ। ਬਾਕੀ ਦੋਸਤਾਂ ਵਾਸਤੇ ਮਿਹਨਤ ਕਰੀ ਦੀਏ, ਸਫ਼ਰ ਕਰੀਦਾ, ਔਰ ਜਨਾਬ ਲਾਜਵਾਬ ਜਾਨਵਰ ਲੱਭ ਕੇ ਹਾਜ਼ਰ ਹੋਈਦਾ। ਅੱਜ ਮੇਰੇ ਵੀਰਾਂ ਵਾਸਤੇ ਇਹ ਦੂਜਣ ਝੋਟੀ ਜਿਹੜੀ ਕਿ ਕੁਛ ਦਿਨ ਲੈਂਦੀ ਸੁਮਨ ਦੇ ਵਿੱਚ। ਮਾਸ਼ਾਅੱਲਾ ਥਣ ਬਹੁਤ ਕਮਾਲ ਲੱਗਿਆ, ਹਵਾਨਾ ਬੜਾ ਕਮਾਲ ਹੈ, ਔਰ ਕੱਦ ਮਾਸ਼ਾਅੱਲਾ ਵੱਡਾ, ਲਾਮ ਪੂਰੀ ਹੈ, ਚਮੜੀ ਬਰੀਕ ਹੈ, ਮੋਟੇ ਚੰਮ ਦੇ ਵਿੱਚ ਨਹੀਂ, ਦੁੱਧ ਵਾਲੀ ਜਾਨਵਰ ਹੈ ਭਾਈ। ਅਸਲ ਹੋਰ ਕਟੋਰ ਤੋੜ ਕੇ ਜਨਾਬ ਮੇਰੇ ਵੀਰਾਂ ਨੂੰ ਤਸੱਲੀ ਕਰਵਾ ਦਿੰਦੇ ਹਾਂ। ਲਓ ਦੋਸਤੋ, ਤੁਰਨ ਫਿਰਨ ਦੇ ਵਿੱਚ ਜਨਾਬ ਕਿਸੇ ਕਿਸਮ ਦੀ ਕੋਈ ਕਮੀ ਕਤਾਈ ਵਾਲੀ ਗੱਲ ਨਹੀਂ ਹੈਗੀ, ਲੈਣੇ ਦੇਣੇ ਨਸੀਬ ਹੁੰਦੇ ਨੇ। ਬਾਕੀ ਜਾਨਵਰ ਮੇਰੇ ਵੀਰਾਂ ਵਾਸਤੇ ਬਹੁਤ ਅੱਛਾ ਲੈ ਕੇ ਹਾਜ਼ਰ ਹੋਏ ਹਾਂ। ਇਹ ਝੋਟੀ ਉਸ ਦਿਨ ਲੈਂਦੀ ਸੁਮਨ ਦੇ ਵਿੱਚ। ਬਾਕੀ ਸਾਰੀ ਤਸੱਲੀ ਮੇਰੇ ਵੀਰਾਂ ਨੇ ਕੈਮਰੇ ਦੀ ਨਜ਼ਰ 'ਚ ਕਰਨੀ ਹੈ। ਹਾਲੇ ਤੱਕ ਪੂੜਿਆਂ ਦੇ ਵਿੱਚ ਫਰਕ ਨਹੀਂ ਪਾਇਆ, ਔਰ ਬਾਕੀ ਹਰ ਇੱਕ ਚੀਜ਼ ਆਪਣੇ ਸਾਹਮਣੇ ਹੈਗੀ ਹੈ। ਬਾਕੀ ਮਾਲਕਾਂ ਦੇ ਕੋਲੋਂ ਹਰ ਇੱਕ ਚੀਜ਼ ਆਪਾਂ ਤਸੱਲੀ ਦੇ ਨਾਲ ਪੁੱਛ ਲੈਣੀ ਹੈ। ਕੈਮਰਾਮੈਨ ਸਾਹਿਬ ਪ੍ਰਵਾਹ ਪੁੱਛ ਲਈ ਆਸਫ ਭਾਈ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ ਆਸਫ ਭਾਈ, ਕੀ ਹਾਲ? ਅੱਲਾਹ ਦਾ ਸ਼ੁਕਰ। ਆਸਫ ਭਾਈ, ਪਹਿਲੀ ਗੱਲ ਤਾਂ ਇਹ ਕਿ ਜਨਾਬ ਇਹ ਕਿੰਨਵਾਂ ਸੁਬਾਹ ਤਿਆਰ ਹੁੰਦੀ? ਇਹ ਦੂਸਰਾ ਸੁਬਾਹ ਤਿਆਰ ਹੁੰਦੀ। ਅੱਛਾ, ਅਤੇ ਅੰਦਾਜ਼ੇ ਦੇ ਨਾਲ ਇਹ ਕਿੰਨੇ ਕੁ ਦਿਨ ਪਏ? 10-15 ਦਿਨ ਪਏ ਨੇ। 10-15 ਦਿਨ? 10-15 ਦਿਨ ਸੁਗੰਧ ਦੇ ਵਿੱਚ ਪਏ ਨੇ। ਖਾਣਾ ਦੀ ਅਤੇ ਪਿੱਛੇ ਦੀ ਜਨਾਬ ਤੁਹਾਡੀ ਗਰੰਟੀ ਹੁੰਦੀ? ਤੁਹਾਡੀ ਗਰੰਟੀ ਫੁੱਲ ਪੂਰੀ ਪੂਰੀ। ਹਾਂਜੀ, ਹਰ ਇੱਕ ਚੀਜ਼ ਦੀ ਗਰੰਟੀ ਜਿਹੜੀ ਉਹ ਤਸੱਲੀ ਨਾਲ ਤੁਸੀਂ ਦੇਣੀ ਦੀ ਅਤੇ ਪਿੱਛੇ ਦੀ ਗਰੰਟੀ ਹੋ ਗਈ। ਠੀਕ ਹੋ ਗਿਆ। ਅੰਦਾਜ਼ਾ ਹੈ ਕੋਈ ਦੁੱਧ ਜਿਹੜਾ ਕੋਈ 14-15 ਕਿਲੋ ਕਰਦੀ ਨਹੀਂ ਪਿਛਲੇ ਸਮੇਂ? ਖੁੱਲਾ ਖੁੱਲਾ ਕਰ ਦੂੰਗਾ ਮਾਸ਼ਾਅੱਲਾ ਜੀ। ਅੱਛਾ ਅਸਰ ਭਾਈ, ਗੱਲ ਹੈ ਜਿਹੜੀ ਕਿ ਪਿਓਰ ਨੀਲੀ 'ਚ? ਪਿਓਰ ਨੀਲੀ, ਕਾਲੀ ਸ਼ਾਹ ਵਿਖੇ ਜਾਂ ਕਾਲੇ ਇੰਜਨ ਵਰਗੀ ਮੱਝ ਪਈ। ਅੱਛਾ ਗੱਲ ਭਾਈ, ਅਸਰ ਮੁੱਕਣੀ ਹੈ ਪੈਸਿਆਂ 'ਤੇ ਆ ਕੇ, ਜਾਇਜ਼ ਮੁਨਾਸਬ ਲੈਣ ਦੇਣ ਵਾਲੀ ਜਿਹੜੀ ਡਿਮਾਂਡ ਹੈ ਉਹ ਕਿੰਨੇ ਨੇ ਦੇ ਪੈਸੇ ਜਿਹੜੇ ਕਿ ਪੈਸੇ ਆਪਾਂ ਲੈਣੇ? ਜੇ 6 ਲੱਖ ਮੰਗੀਏ, 5.5 ਲੱਖ ਦੀ ਮੱਝ ਦੇ। ਅੱਛਾ, ਮੰਗਣ ਨੂੰ 6 ਲੱਖ ਮੰਗੀ ਜਾਈਏ, ਫਾਈਨਲੀ ਮੱਝ 5.5 ਲੱਖ। ਲਓ ਜੀ ਦੋਸਤੋ, ਦੂਸਰਾ ਸੁਬਾਹ 10-12 ਦਿਨ ਜਾਂ 15 ਦਿਨ ਲੈਂਦੀ ਸੁਮਨ ਦੇ ਵਿੱਚ। ਔਰ ਮਾਸ਼ਾਅੱਲਾ ਆਰਡਰ ਕੁਆਲਿਟੀ ਆਪਣੇ ਸਾਹਮਣੇ ਹੈਗੀ ਹੈ, ਥਣਾਂ ਦੀ ਪਿੱਛੇ ਦੀ ਹਰ ਇੱਕ ਚੀਜ਼ ਦੀ ਮਾਲਕਾਂ ਦੀ ਗਰੰਟੀ ਹੈ। ਔਰ ਜਨਾਬ ਡਿਮਾਂਡ 5.5 ਲੱਖ ਰੁਪਈਆ। ਕਿਸੇ ਮੇਰੇ ਵੀਰ ਦੇ ਪਸੰਦ ਆਵੇ ਆਪਣਾ ਰਾਬਤਾ ਨੰਬਰ 0307-6563-6151 ਆਪਣਾ ਵਟਸਐਪ ਅਤੇ ਈਮੋ ਨੰਬਰ ਹੈ। ਲੋਕੇਸ਼ਨ ਆਰਫ ਵਾਲਾ। ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇਗੀ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।